ਪੰਜਾਬ ਸਰਕਾਰ ਵੱਲੋਂ ਅੱਜ ਚੰਡੀਗੜ੍ਹ ਵਿੱਚ ਸਮਾਗਮ ਕਰਕੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਮਹਾਰਾਜ ਰਣਜੀਤ ਸਿੰਘ ਸਟੇਟ ਅਵਾਰਡ ਨਾਲ ਖਿਡਾਰੀ ਅੱਜ ਸਨਮਾਨੇ ਗਏ। ਲੰਬੇ ਸਮੇਂ ਦਾ ਇੰਤਜ਼ਾਰ ਸੀ ਪਰ ਆਖਿਰਕਾਰ ਖਿਡਾਰੀ ਨੂੰ ਅੱਜ ਸਨਮਾਨਿਤ ਕੀਤਾ ਗਿਆ। ਸਾਡੇ ਨਾਲ ਸ਼ੂਟਰ ਨੇ ਸੁਮਿਤ ਸਿੰਘ, ਇਹਨਾਂ ਨੂੰ ਵੀ ਅੱਜ ਮਹਾਰਾਜ ਰਣਜੀਤ ਸਿੰਘ ਸਟੇਟ ਅਵਾਰਡ ਨਾਲ ਨਿਵਾਜਿਆ ਗਿਆ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਮਿਤ ਜੀ, ਇੱਕ ਖਿਡਾਰੀ ਦਾ ਸੁਪਨਾ ਹੁੰਦਾ ਵੀ ਸਟੇਟ ਜਿਹੜੀ ਹੈ ਉਹਨੂੰ ਅਵਾਰਡ ਦੇ ਕੇ ਸਨਮਾਨਿਤ ਕਰਦੀ ਹੈ, ਤੁਹਾਨੂੰ ਅੱਜ ਕਿਸ ਤਰ੍ਹਾਂ ਲੱਗ ਰਿਹਾ ਕਿ ਇੱਕ ਬਹੁਤ ਵੱਡਾ ਅਵਾਰਡ ਸਟੇਟ ਦਾ ਜਿਹੜਾ ਅੱਜ ਤੁਹਾਨੂੰ ਮਿਲਿਆ? ਮੈਨੂੰ ਲੱਗਦਾ ਹੈ ਕਿ ਕਿਸੇ ਵੀ ਵਿਅਕਤੀ ਵਾਸਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਉਹਦੀ ਜ਼ਿੰਦਗੀ 'ਚ ਕੀਤਾ ਕੋਈ ਵੀ ਕੰਮ ਹੋਰ ਲੋਕਾਂ ਦੀ ਹੌਂਸਲਾ ਅਫਜ਼ਾਈ ਵਾਸਤੇ ਕੰਮ ਆਵੇ। ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਦੋਂ ਸਟੇਟ ਤੁਹਾਨੂੰ ਆਨਰ ਕਰਦੀ ਹੈ, ਇਹ ਆਉਣ ਵਾਲੇ ਸਪੋਰਟਸਮੈਨਾਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਜਿਹੜੇ ਸਪੋਰਟਸ ਸਟਾਰਟ ਕਰ ਰਹੇ ਨੇ, ਉਹਨਾਂ ਵਾਸਤੇ ਬੜੀ ਇੰਸਪਾਇਰਿੰਗ ਹੁੰਦਾ ਹੈ। ਅਸੀਂ ਵੀ ਜਾ ਕੇ ਇਸ ਗੱਲ ਨੂੰ ਅਚੀਵ ਕਰਾਂਗੇ ਅਤੇ ਮੇਰੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਮੈਂ ਉਸ ਕੰਮ ਵਿੱਚ ਆ ਪਾ ਰਿਹਾ। ਇੱਕ ਗੱਲ ਸੀਗੀ, 2 ਲੱਖ ਰੁਪਈਆ ਤੁਹਾਨੂੰ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ, ਜਿਹੜੀ ਨਵੀਂ ਪਾਲਿਸੀ ਦੇ ਵਿੱਚ ਸੀਗਾ 5 ਲੱਖ ਰੁਪਈਆ, ਅਤੇ ਤੁਹਾਨੂੰ ਲੱਗ ਨਹੀਂ ਰਿਹਾ ਵੀ ਉਹ ਜਿਹੜਾ ਪੈਸੇ ਸੀਗੇ ਵਧਾ ਕੇ ਸਰਕਾਰ ਨੂੰ ਦੇ ਜਾਣੇ ਚਾਹੀਦੇ ਸੀ ਵੀ ਜਿਹੜੀ ਇਸੇ ਵਾਰ ਤੋਂ ਉਸ ਪਾਲਿਸੀ ਲਾਗੂ ਹੁੰਦੀ, ਜਿਹੜੇ ਪੁਰਾਣੇ ਖਿਡਾਰੀ ਸੀ ਉਹ ਵੀ ਖੁਸ਼ ਹੋ ਜਾਂਦੇ ਕਿਉਂਕਿ ਲੰਬਾ ਸਮਾਂ ਇੰਤਜ਼ਾਰ ਖਿਡਾਰੀਆਂ ਨੂੰ ਕਰਨਾ ਪਿਆ ਸੀ ਅਤੇ 2 ਲੱਖ ਰੁਪਈਆ 3 ਲੱਖ ਰੁਪਈਆ ਘੱਟ ਜਿਹੜਾ ਮਿਲ ਰਿਹਾ? ਮੈਨੂੰ ਜੇ ਮੈਂ ਪੰਜਾਬ ਸਰਕਾਰ ਦੀ ਪਾਲਿਸੀ ਨੂੰ ਦੇਖਾਂ ਤਾਂ ਇਹ ਪਹਿਲਾਂ ਤੋਂ ਹੀ ਰਿਹਾ ਹੈ ਕਿ ਜਿਸ ਸਾਲ ਦਾ ਅਵਾਰਡ ਦਿੱਤਾ ਗਿਆ ਉਸ ਸਾਲ ਜਿਹੜੀ ਪਾਲਿਸੀ ਸੀਗੀ ਉਸ ਹਿਸਾਬ ਨਾਲ ਉਹ ਅਵਾਰਡ ਦੀ ਰਕਮ ਹੋਏਗੀ। ਅਤੇ ਮੈਨੂੰ ਲੱਗਦਾ ਕਿ ਮੈਨੂੰ ਜੋ ਕਿਉਂਕਿ ਪਾਲਿਸੀ ਹੁਣ ਬਣੀ ਹੈ ਅਤੇ ਇਹ ਅਵਾਰਡ 2011 ਤੋਂ ਹੁਣ ਤੱਕ ਦਿੱਤੇ ਜਾ ਰਹੇ ਨੇ ਅਤੇ ਮੈਨੂੰ ਲੱਗਦਾ ਹੈ ਕਿ ਉਹ ਫੇਅਰ ਹੈ ਕਿ ਉਸ ਸਾਲ ਦੀ ਪਾਲਿਸੀ ਮੁਤਾਬਕ ਦਿੱਤਾ ਜਾ ਰਿਹਾ। ਲੇਕਿਨ ਲੰਬਾ ਸਮਾਂ ਗੈਪ ਪੈਣਾ, ਖਿਡਾਰੀਆਂ ਨੂੰ ਨਮੋਸ਼ੀ ਵੀ ਆਉਂਦੀ ਹੈ, ਸਰਕਾਰਾਂ ਨੂੰ ਚਾਹੀਦਾ ਨਹੀਂ ਵੀ ਜਿਹੜਾ ਇਹ ਅਵਾਰਡ ਹੈ ਨਾਲ ਦੀ ਨਾਲ ਹਰ ਸਾਲ ਦੀ ਸਾਲ ਬਾਅਦ ਦਿੱਤਾ ਜਾਵੇ? ਇਹ ਲੱਗਦੀ ਨਾ ਗੈਪ ਜਿਹੜਾ ਨਹੀਂ ਪੈਣਾ ਚਾਹੀਦਾ? ਇਹ ਗੱਲ ਹੈ ਕਿ ਜੇ ਗੈਪ ਘੱਟ ਹੋਵੇ ਅਤੇ ਰੈਗੂਲਰ ਹੋਵੇ ਉਹਦਾ ਇੱਕ ਪਬਲਿਕ ਸਪੈਕਟੀਕਲ ਵੀ ਵੱਡਾ ਹੁੰਦਾ ਹੈ ਅਤੇ ਲੋਕਾਂ 'ਚ ਇਨਫਲੂਐਂਸ ਵੀ ਜ਼ਿਆਦਾ ਜਾਂਦਾ ਹੈ ਅਤੇ ਲੋਕ ਇੰਸਪਾਇਰ ਵੀ ਜ਼ਿਆਦਾ ਹੁੰਦੇ ਨੇ। ਪਰ ਕੁਛ ਕਾਰਨ ਰਹੇ ਹੋਣਗੇ ਕਿ ਉਨੀ ਜਲਦੀ ਨਹੀਂ ਹੋ ਪਾਇਆ, ਬਟ ਆਈ ਬਿਲੀਵ ਕਿ ਜੋ ਦੇਰ ਆਇਆ ਦਰੁਸਤ ਆਇਆ ਅਤੇ ਜਿੰਨੇ ਸਪੋਰਟਸਮੈਨਾਂ ਨੂੰ ਅੱਜ ਮਾਣ ਮਿਲ ਰਿਹਾ ਉਹਨਾਂ ਦੇ ਆਪਣੇ ਜ਼ਿਲ੍ਹਿਆਂ ਵਿੱਚ, ਉਹਨਾਂ ਦੇ ਪਿੰਡਾਂ ਵਿੱਚ ਜ਼ਰੂਰ ਇਹ ਗੱਲ ਜਾਏਗੀ ਕਿ ਉੱਥੇ ਦੇ ਯੂਥ ਨੂੰ ਅਸਰ ਹੋਏਗਾ ਕਿ ਸਾਨੂੰ ਵੀ ਅੱਗੇ ਵੱਧ ਚੜ੍ਹ ਕੇ ਸਪੋਰਟਸ ਕਰਨੀ ਚਾਹੀਦੀ ਹੈ। ਤੁਹਾਨੂੰ ਕਿੰਨੀ ਇਸ ਜਿਹੜਾ ਸਨਮਾਨ ਅੱਜ ਸਰਕਾਰ ਵੱਲੋਂ ਕਿੰਨਾ ਬੂਸਟਅਪ ਇਸ ਨਾਲ ਮਿਲਿਆ? ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸਪੋਰਟਸਮੈਨ ਵਾਸਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਉਹਦਾ ਆਪਦਾ ਸੂਬਾ, ਉਹਦੀ ਆਪਦੀ ਸਟੇਟ, ਉਹਦੇ ਕੀਤੇ ਹੋਏ ਕਿਸੇ ਕੰਮ ਨੂੰ, ਉਹਦੇ ਕੀਤੇ ਹੋਏ ਕਿਸੇ ਅਚੀਵਮੈਂਟ ਨੂੰ, ਆਪਣੇ ਦੇਸ਼ ਵਾਸਤੇ ਕੋਈ ਲਿਆਉਂਦੇ ਹੋਏ ਮੈਡਲ ਨੂੰ ਆਨਰ ਕਰੇ, ਅਤੇ ਮੇਰੇ ਵਾਸਤੇ ਇੱਕ ਲਾਈਫ ਟਾਈਮ ਵਾਸਤੇ ਇੱਕ ਮੈਮੋਰੇਬਲ ਮੂਮੈਂਟ ਹੈ ਕਿ ਮੈਨੂੰ ਪੰਜਾਬ ਨੇ ਆਨਰ ਦਿੱਤਾ। ਆਉਣ ਵਾਲੇ ਤੁਸੀਂ ਜੇ ਗੱਲ ਕਰੀਏ ਆਉਣ ਵਾਲੇ ਜਿਹੜੇ ਸਰਕਾਰ ਨੂੰ ਹੋਰ ਨੀਤੀਆਂ ਨੇ, ਕਿਉਂਕਿ ਖਿਡਾਰੀ ਅਕਸਰ ਸ਼ਿਕਾਇਤਾਂ ਸਰਕਾਰ ਨਾਲ ਕਰਦੇ ਰਹਿੰਦੇ ਨੇ, ਕੀ ਅਜਿਹੇ ਨੀਤੀਆਂ ਜਿਹੜੀਆਂ ਸਰਕਾਰ ਨੂੰ ਹੋਰ ਅੱਗੇ ਸੁਧਾਰ ਕਰਨਾ ਚਾਹੀਦਾ ਵੀ ਆਉਣ ਵਾਲਾ ਜਿਹੜੇ ਪਲੇਅਰ ਨੇ ਖੇਡਾਂ ਨਾਲ ਜੁੜਨ, ਹੋਰ ਵੱਧ ਤੋਂ ਵੱਧ ਪੰਜਾਬ ਦੇ ਖਿਡਾਰੀ ਬਾਹਰ ਜਾਣ, ਪੰਜਾਬ ਦਾ ਨਾਮ ਰੋਸ਼ਨ ਕਰਨ, ਕੀ ਨਵਾਂ ਸਰਕਾਰ ਨੂੰ ਹੁਣ ਅੱਗੇ ਕਰਨਾ ਚਾਹੀਦਾ? ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ। ਮੈਨੂੰ ਇਹ ਲੱਗਦਾ ਹੈ ਕਿ ਜ਼ਿਆਦਾਤਰ ਆਪਾਂ ਸਰਕਾਰ 'ਤੇ ਬਲੇਮ ਕਰਦੇ ਹਾਂ, ਉਹਦਾ ਵੀ ਇੱਕ ਉਹ ਇੰਪੋਰਟੈਂਟ ਐਕਸਪੈਕਟ ਹੈ ਕਿਉਂਕਿ ਪਿੰਡਾਂ ਵਿੱਚ ਸ਼ਾਇਦ ਜਾਂ ਤਹਿਸੀਲਾਂ ਵਿੱਚ ਇੰਨਾ ਇਨਫਰਾਸਟ੍ਰਕਚਰ ਨਹੀਂ ਕਿ ਜੇ ਇੱਕ ਦੂਜਿਆਂ ਦਾ ਜਵਾਕ ਜਿਹਨੂੰ ਸਾਈਕਲ ਚਲਾਉਣਾ ਆਉਂਦਾ ਉਹ ਓਲੰਪਿਕ ਵਿੱਚ ਸਾਈਕਲਿੰਗ ਕਰ ਸਕੇ, ਕਿ ਜਿਹੜੇ ਕਈਆਂ ਨਾਲ ਕੰਮ ਕਰਦੇ ਨੇ ਉਹ ਹੈਮਰ ਥਰੋ ਜਾਂ ਸ਼ਾਰਟਪੁੱਟ ਛੱਡ ਸਕਣ, ਉਨਾ ਇਨਫਰਾਸਟ੍ਰਕਚਰ ਨਹੀਂ, ਉਨੀ ਕੋਚਿੰਗ ਨਹੀਂ ਅਤੇ ਉਨੀ ਡਾਈਟ ਦੀ ਫੈਸਿਲਿਟੀ ਨਹੀਂ। ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਇੱਕ ਛੋਟੀ ਜਿਹੀ ਰਿਸਪੋਂਸਿਬਿਲਟੀ ਅਤੇ ਸ਼ਾਇਦ ਛੋਟੀ ਨਹੀਂ ਬਹੁਤ ਵੱਡੀ ਰਿਸਪੋਂਸਿਬਿਲਟੀ ਖਿਡਾਰੀਆਂ ਉੱਤੇ ਵੀ ਹੈ ਕਿ ਜਦ ਅਸੀਂ ਵੱਧ ਤੋਂ ਵੱਧ ਜਦੋਂ ਮੈਡਲ ਲੈ ਕੇ ਆਉਂਦੇ ਹਾਂ ਅਤੇ ਆਪਣੇ ਆਪ ਰੁਝਾਨ ਬਦਲਦਾ, ਮੀਡੀਆ ਦਾ ਰੁਝਾਨ ਬਦਲਦਾ, ਪਬਲਿਕ ਦਾ ਰੁਝਾਨ ਬਦਲਦਾ, ਸਰਕਾਰਾਂ ਰੁਝਾਨ ਬਦਲਦਾ। ਜੋ ਅਭਿਨਵ ਬਿੰਦਰਾ ਅਤੇ ਰਾਜਵਰਨ ਅਥਾਰ ਓਲੰਪਿਕ ਮੈਡਲ ਲਿਆਉਂਦੇ ਤਾਂ ਸ਼ੂਟਿੰਗ ਇੰਨੀ ਮਸ਼ਹੂਰ ਨਾ ਹੁੰਦੀ, ਅਤੇ ਮੈਂ ਇਹਦੇ ਵਿੱਚ ਆਪਣੇ ਪੱਖ ਦੀ ਰਿਸਪੋਂਸਿਬਿਲਟੀ ਨਿਭਾਉਣਾ ਚਾਹੂੰਗਾ ਅਤੇ ਮੈਂ ਇਹ ਜ਼ਰੂਰ ਮੰਨਦਾ ਕਿ ਸਰਕਾਰ ਆਪਣੇ ਪੱਖ ਦੀ ਨਿਭਾਏਗੀ। ਉਹੀ ਗੱਲ ਹੈ ਵੀ ਸਰਕਾਰ ਉਨੀ ਰਿਸਪੋਂਸਿਬਿਲਟੀ ਨਹੀਂ ਨਿਭਾਉਂਦੀ, ਖਿਡਾਰੀ ਇਹ ਕਹਿੰਦੇ ਨੇ ਵੀ ਅਸੀਂ ਮੈਡਲ ਜਿੱਤ ਕੇ ਆਉਂਦੇ ਹਾਂ, ਸਾਨੂੰ ਜਿਵੇਂ ਹੁਣ ਗੱਲ ਕਰੀਏ ਲੰਬੇ ਸਮੇਂ ਬਾਅਦ ਇਹ ਅਵਾਰਡ ਜਿਹੜਾ ਮਿਲ ਰਿਹਾ, ਇੰਨਾ ਸਮਾਂ ਨਹੀਂ ਸੀ ਪੈਣਾ ਚਾਹੀਦਾ। ਉੱਪਰੋਂ ਕੈਸ਼ ਅਵਾਰਡ ਦੀ ਗੱਲ ਕਰਦੇ ਹਾਂ, ਕੈਸ਼ ਅਵਾਰਡ ਘੱਟ ਮਿਲਦਾ, ਨੌਕਰੀ ਨਹੀਂ ਮਿਲਦੀ, ਨੌਕਰੀ ਬਾਰੇ ਤੁਹਾਡਾ ਕੀ ਖਿਆਲ ਹੈ? ਜਿਹੜੀ ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਉਣ ਵਾਲੇ ਖਿਡਾਰੀ ਨੇ ਹੋਰ ਜਿਹੜਾ ਖਿਡਾਰੀਆਂ ਨੂੰ ਯੋਗਦਾਨ ਮਿਲੇ ਉਹ ਖੇਡਾਂ 'ਚ ਆਉਣ? ਹਮੇਸ਼ਾ ਪੰਜਾਬ ਸਰਕਾਰ 'ਤੇ ਇੱਕ ਸਵਾਲ ਰਹਿੰਦਾ ਹੈ ਵੀ ਸਰਕਾਰ ਨੌਕਰੀ ਨਹੀਂ ਦਿੰਦੀ। ਆਈ ਥਿੰਕ ਇਹਨੂੰ ਇੱਕ ਬਰੋਡਰ ਪਰਸਪੈਕਟਿਵ ਦੇਖਿਆ ਜਾਵੇ ਅਤੇ ਇੱਕ ਗੱਲ ਬੜੀ ਅਹਿਮ ਹੈ ਇਹਦੇ ਅੰਦਰ ਕਿ ਜੇ ਆਪਾਂ ਨੌਕਰੀਆਂ ਦੇਵਾਂਗੇ ਅਤੇ ਨੈਸ਼ਨਲ ਮੈਡਲਸ ਤੋਂ ਦੇਣਾ ਸਟਾਰਟ ਕਰਾਂਗੇ, ਭਾਵੇਂ ਛੋਟੇ ਲੈਵਲ ਦੀ ਨੌਕਰੀਆਂ ਦੇਈਏ, ਅਤੇ ਉਹ ਇੱਕ ਬਹੁਤ ਤਕੜਾ ਇਨਸੈਂਟਿਵ ਇੱਕ ਤਰ੍ਹਾਂ ਦਾ ਕਿ ਪਲੇਅਰ ਮਿਹਨਤ ਕਰੇਗਾ, ਨੌਕਰੀ ਸ਼ਾਇਦ ਇੱਕ ਨੂੰ ਮਿਲੇ ਪਰ ਉਹਦੇ ਵਿੱਚ 1000 ਬੰਦਾ ਭੱਜੇਗਾ, ਉਨੇ ਹੀ ਆਪਾਂ ਸਪੋਰਟਿੰਗ ਕਲਚਰ ਲਿਆ ਪਾਵਾਂਗੇ। ਅਤੇ ਇੱਕ ਦੂਸਰੀ ਗੱਲ, ਇੱਕ ਮਾਂ ਬਾਪ ਵਾਸਤੇ ਇਹ ਸਮਝਣਾ ਕਿ ਸਪੋਰਟਸ ਵੀ ਆਲਟਰਨੇਟਿਵ ਕਰੀਅਰ ਹੈ, ਇਹ ਤਾਂ ਹੀ ਸੋਚ ਪਾਣਗੇ ਜੇ ਨੌਕਰੀਆਂ ਦੀ ਓਪਰਚੁਨਿਟੀ ਹੋਏਗੀ, ਜਾਂ ਕੈਸ਼ ਅਵਾਰਡ ਵਧਣਗੇ ਤਾਂ ਹੀ ਉਹ ਸੋਚਣਗੇ ਕਿ ਸਾਡਾ ਬੱਚਾ ਸਪੋਰਟਸ ਲੱਗਿਆ ਰਹੇ ਅਤੇ ਪੜ੍ਹਾਈ ਨੂੰ ਇਗਨੋਰ ਵੀ ਕਰ ਸਕਦਾ, ਨਹੀਂ ਤਾਂ ਬੰਦਾ ਇਹ ਸੋਚਦਾ ਕਿ ਜਿੰਨੇ ਵੀ ਚੰਗਾ ਹੋਵੇ ਬੱਚੇ ਤੂੰ ਕਾਲਜ 'ਚ ਆ ਗਿਆ ਹੁਣ ਤੁਸੀਂ ਪੜ੍ਹਾਈ 'ਤੇ ਧਿਆਨ ਦੇ, ਕੋਈ ਨੌਕਰੀ ਉੱਧਰ ਹੀ ਮਿਲਣੀ ਹੈ। ਇੱਕ ਉਹ
ਜਦੋਂ ਆਪਾਂ ਪੰਜਾਬ ਦੀ ਰੀਡਿਵੈਲਪਮੈਂਟ ਦੀ ਪੰਜਾਬ ਦੀ ਗਰੋਥ ਦੀ ਗੱਲ ਕਰਦੇ ਹਾਂ ਇਹ ਬਹੁਤ ਇੰਪੋਰਟੈਂਟ ਪਹਿਲੂ ਹੈ ਉਹਦਾ ਕਿ ਆਪਾਂ ਨੈਸ਼ਨਲ ਲੈਵਲ ਤੋਂ ਸਪੋਰਟਸਮੈਨਾਂ ਨੂੰ ਇਨਸੈਂਟਿਵ ਦੇਣ ਵਾਸਤੇ ਨੌਕਰੀਆਂ ਦੀ ਗੱਲ ਕਰੀਏ। ਉਹੀ ਗੱਲ ਹੈ ਨਾ ਜੇ ਤੁਸੀਂ ਗੱਲ ਕਰੀਏ ਵੀ ਸਰਕਾਰ ਨੂੰ ਇਸਦਾ ਇਨੀਸ਼ੀਏਟਿਵ ਲੈਣਾ ਚਾਹੀਦਾ। ਨਸ਼ਾ ਜਿਹੜਾ ਮੁੱਦਾ ਹੈ ਜੇਕਰ ਖਿਡਾਰੀਆਂ ਨੂੰ ਨੌਕਰੀ ਨਹੀਂ ਮਿਲੇਗੀ ਉਹ ਵਿਹਲੇ ਕੰਮ ਵੀ ਨਹੀਂ ਕਰਨਗੇ ਅਤੇ ਉਹ ਹੋਰ ਪਾਸੇ ਆਪਣਾ ਦਿਮਾਗ ਨਹੀਂ ਲਾਉਣਗੇ, ਖੇਡਾਂ ਵੱਲ ਜ਼ਿਆਦਾ ਧਿਆਨ ਜਾਣਗੇ ਕਿਉਂਕਿ ਉਹਨਾਂ ਨੂੰ ਇੱਕ ਦੇਖੂਗਾ ਸਾਨੂੰ ਵੀ ਇਸ ਵਿੱਚ ਸਾਨੂੰ ਸਾਡਾ ਫਿਊਚਰ ਹੈ। ਇਹ ਵੀ ਇੱਕ ਕਾਰਨ ਹੈ ਨਾ ਵੀ ਖਿਡਾਰੀ ਹੋਰ ਪਾਸੇ ਜਾ ਰਹੇ ਨੇ, ਜਿਹੜਾ ਬਾਹਰ ਅੱਜ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਉਹ ਵੀ ਸ਼ਾਇਦ ਇੱਕ ਕਾਰਨ ਹੈ। ਮੰਨਦੇ ਹੋ ਤੁਸੀਂ ਵੀ ਸਰਕਾਰ ਜਿਹੜੀ ਥੋੜ੍ਹੀ ਜਿਹੀ ਰਿਸਪੋਂਸੀਬਿਲਟੀ ਆਪਣੀ ਉਨੀ ਨਹੀਂ ਨਿਭਾ ਰਹੀ? ਨਹੀਂ, ਇਹ ਤੁਸੀਂ ਜਿਹੜੀ ਗੱਲ ਕੀਤੀ ਡਰੱਗਸ ਬਾਰੇ ਇਹ ਬੜਾ ਇੱਕ ਇੰਟਰਸਟਿੰਗ ਚੀਜ਼ ਹੈ ਇਹਦੇ ਅੰਦਰ ਕਿ ਬੰਦਾ ਜੋ ਡਰੱਗਸ ਕਰਦਾ ਹੈ, ਜਿਹੜੇ ਲੋਕ ਡਰੱਗਸ ਪੈਂਦੇ ਨੇ ਡਰੱਗਸ ਵਿੱਚ ਉਹਨਾਂ ਨੂੰ ਇੱਕ ਹਾਈ ਮਿਲਦੀ ਹੈ, ਇੱਕ ਕਰੇਜ਼ ਮਿਲਦਾ। ਜੇ ਤੁਸੀਂ ਉਹਨੂੰ ਰੀਹੈਬਿਲੀਟੇਸ਼ਨ ਸੈਂਟਰ ਪਾਓ, ਇੱਕ ਬੜੀ ਬੋਰਿੰਗ ਚੀਜ਼ ਹੁੰਦੀ ਹੈ ਰੀਹੈਬਿਲੀਟੇਸ਼ਨ ਸੈਂਟਰ, ਸ਼ਾਇਦ ਬੰਦਾ ਉਹਨੂੰ ਹਾਈ ਨਹੀਂ ਮਿਲ ਪਾਉਂਦੀ। ਸਪੋਰਟਸ ਇੱਕ ਇਹੋ ਜਿਹੀ ਚੀਜ਼ ਹੈ ਜੋ ਬੰਦੇ ਨੂੰ ਇਹੋ ਜਿਹੇ ਇਮੋਸ਼ਨ ਮਹਿਸੂਸ ਕਰਾਉਂਦੀ ਹੈ, ਹਰ ਰੋਜ਼ ਟ੍ਰੇਨਿੰਗ ਵਿੱਚ ਕੰਪਟੀਸ਼ਨ ਵਿੱਚ ਉਹ ਜੰਗ ਲੜਾਉਂਦੀ ਹੈ ਕਿ ਬੰਦਾ ਮੈਨੂੰ ਲੱਗਦਾ ਕਿਸੇ ਵੀ ਡਰੱਗਸ ਤੋਂ ਜ਼ਿਆਦਾ ਹਾਈ ਮਹਿਸੂਸ ਕਰ ਸਕਦਾ। ਜੋ ਬੰਦਾ ਆਪਣੇ ਦੇਸ਼ ਵਾਸਤੇ ਖੇਲਣ ਜਾਂਦਾ ਜਾਂ ਆਪਣੇ ਦੇਸ਼ ਵਾਸਤੇ ਮੈਡਲ ਜਿੱਤਦਾ ਹੈ, ਜਿਹੜੇ ਉਹਦੇ ਦਿਲ ਦੇ ਅੰਦਰ ਭਾਵ ਹੁੰਦੇ ਨੇ ਉਹ ਸ਼ਾਇਦ ਦੁਨੀਆ ਦੀ ਕੋਈ ਹੋਰ ਚੀਜ਼ ਰਿਪਲੇਸ ਨਹੀਂ ਕਰ ਸਕਦੀ। ਅਤੇ ਇੱਕ ਸਪੋਰਟਿੰਗ ਕਲਚਰ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਆਪਾਂ ਡਰੱਗਸ ਕਲਚਰ ਨੂੰ ਬਿਲਕੁਲ ਖਤਮ ਕਰ ਸਕਦੇ ਹਾਂ। ਇੱਕ ਸਪੋਰਟਿੰਗ ਕਲਚਰ ਇਹ ਚੀਜ਼ ਹੈ ਜਿਹਦੇ ਨਾਲ ਆਪਾਂ ਯੂਥ ਨੂੰ ਬਿਲਕੁਲ, ਤੁਸੀਂ ਇਹ ਸਮਝੋ ਕਿ ਉਹ ਇੱਕ ਇਟਸ ਨੋਟ ਅ ਮੈਡੀਸਨ, ਇਟ ਇਜ਼ ਅ ਕੰਪਲੀਟਲੀ ਚੇਂਜ ਆਫ ਯੋਰ ਵੇ ਆਫ ਲਾਈਫ। ਮੈਨੂੰ ਲੱਗਦਾ ਹੈ ਕਿ ਪਿੰਡਾਂ ਦੇ ਲੋਕ ਬਿਲਕੁਲ ਇੱਕ ਟਰਾਂਸਫਾਰਮੇਸ਼ਨ 'ਚ ਆ ਜਾਣਗੇ ਜੇ ਆਪਾਂ ਇੱਕ ਸਪੋਰਟਿੰਗ ਕਲਚਰ ਲਿਆ ਪਾਈਏ। ਅਤੇ ਬਹੁਤ ਸਾਰੇ ਯੂਥ ਸ਼ਾਇਦ ਡਰੱਗਸ ਇਸ ਲਈ ਹੋਣ ਕਿਉਂਕਿ ਨੌਕਰੀਆਂ ਨਹੀਂ ਅਤੇ ਸਪੋਰਟਸ ਕਰਨ ਨੂੰ ਓਪਰਚੁਨਿਟੀ ਨਹੀਂ ਅਤੇ ਫੈਸਿਲਿਟੀ ਨਹੀਂ। ਇੱਕ ਮੇਰਾ ਆਖਰੀ ਸਵਾਲ ਹੈ, 2022 ਦੀ ਜਿਹੜੀ ਕਾਮਨਵੈਲਥ ਖੇਡਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਸ਼ੂਟਿੰਗ ਨੂੰ ਹਟਾ ਦਿੱਤਾ ਗਿਆ, ਤੁਹਾਨੂੰ ਕੀ ਲੱਗ ਰਿਹਾ ਉਹਦੇ ਨਾਲ ਕਿੰਨਾ ਕੁ ਪ੍ਰਭਾਵ ਪਏਗਾ ਇੰਡੀਅਨ ਸ਼ੂਟਰਸ ਦੇ? ਦੇਖੋ, ਪਿਛਲੇ ਸਾਲ ਮੈਂ ਕਾਮਨਵੈਲਥ ਗੇਮਸ ਖੇਲੀਆਂ ਸੀ ਅਤੇ ਮੈਂ ਫਾਈਨਲਸ ਵਿੱਚ ਸੀ, ਅਤੇ ਮੈਂ ਤਾਂ ਡੈਫੀਨੇਟਲੀ ਚਾਹੂੰਗਾ ਕਿ 2022 ਵਿੱਚ ਕਾਮਨਵੈਲਥ ਦੀ ਸ਼ੂਟਿੰਗ ਹੁੰਦੀ, ਇਸ ਪਿਛਲੇ ਵਾਰੀ ਫਾਈਨਲ ਸੀ, ਇਸ ਵਾਰੀ ਮੈਡਲ ਜਿੱਤਦਾ। ਪਰ ਇਹ ਇਹੋ ਜਿਹੀ ਚੀਜ਼ ਹੈ ਜੋ ਸ਼ਾਇਦ ਮੇਰੇ ਹੱਥ 'ਚ ਨਹੀਂ, ਅਤੇ ਜਿੰਨਾ ਮੈਂ ਜਾਣਦਾ ਨੈਸ਼ਨਲ ਐਸੋਸੀਏਸ਼ਨ ਆਫ ਇੰਡੀਆ ਨੇ, ਸਪੋਰਟਸ ਅਥਾਰਟੀ ਨੇ ਆਪਣੇ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਕਾਮਨਵੈਲਥ 2022 ਵਿੱਚ ਸ਼ੂਟਿੰਗ ਨੂੰ ਪਾਇਆ ਜਾਵੇ, ਪਰ ਜਦਕਿ ਉਹ ਨਹੀਂ ਹੈ। ਅਤੇ ਇੱਥੇ ਇੱਕ ਅੰਗਰੇਜ਼ੀ ਦੀ ਉਹ ਗੱਲ ਹੈ, ਵਟ ਕੈਨੋਟ ਬੀ ਕਿਉਰਡ ਮਸਟ ਬੀ ਇੰਡਿਓਰਡ। ਅਤੇ ਇਹ ਵਕਤ ਹੈ ਕਿ ਆਪਾਂ ਇਸ ਗੱਲ ਨੂੰ ਐਕਸੈਪਟ ਕਰੀਏ ਅਤੇ ਮੂਵ ਔਨ ਕਰੀਏ ਕਿ ਹੁਣ 2020 ਦੀਆਂ ਓਲੰਪਿਕ ਖੇਡਾਂ ਵਾਸਤੇ, 2022 ਦੀਆਂ ਏਸ਼ੀਅਨ ਗੇਮਸ ਅਤੇ 2024 ਦੀਆਂ ਜਿਹੜੀਆਂ ਓਲੰਪਿਕ ਗੇਮਸ ਹੋਣਗੀਆਂ ਉਹਨਾਂ 'ਤੇ ਫੋਕਸ ਕਰੀਏ। ਤੁਹਾਡੀ ਤਿਆਰੀ ਕਿੱਦਾਂ ਚੱਲ ਰਹੀ ਹੈ ਓਲੰਪਿਕ ਲਈ ਗੱਲ ਕਰੀਏ? ਦੇਖੋ, ਓਲੰਪਿਕ ਇੱਕ ਮੇਰਾ ਹਰ ਖਿਡਾਰੀ ਦਾ ਡ੍ਰੀਮ ਹੁੰਦਾ ਹੈ ਅਤੇ ਇਹ ਸਾਡਾ ਕੁਆਲੀਫਾਇੰਗ ਈਅਰ ਹੈ, ਅਤੇ ਮੈਂ ਆਪਣੇ ਵੱਲੋਂ ਜੋ ਕੋਸ਼ਿਸ਼ ਕਰ ਸਕਦਾ ਕਰਾਂਗਾ, ਬਾਕੀ ਰਿਜ਼ਲਟ ਦੇਖਾਂਗਾ। ਧੰਨਵਾਦ ਤੁਹਾਡੇ ਨਾਲ ਗੱਲ ਕਰਨੀ। ਇਹ ਸਨ ਸ਼ੂਟਰ ਸੁਮਿਤ ਸਿੰਘ, ਜਿਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਓਪਰਚੁਨਿਟੀ ਲੈ ਕੇ ਆ ਰਹੀ ਹੈ, ਨੌਕਰੀਆਂ ਦਿੰਦੀ ਹੈ, ਤਾਂ ਹੋਰ ਜਿਹੜਾ ਸਪੋਰਟਿੰਗ ਕਲਚਰ ਇੱਥੇ ਪੰਜਾਬ 'ਚ ਪੈਦਾ ਹੋਵੇਗਾ ਅਤੇ ਹੋਰ ਜਿਹੜੇ ਖਿਡਾਰੀ ਨੇ ਵੱਧ ਤੋਂ ਵੱਧ ਖੇਡਾਂ ਵੱਲ ਜੁੜਨਗੇ। ਕੈਮਰਾ ਪਰਸਨ ਅਮਿਤ ਸ਼ਰਮਾ ਦੇ ਨਾਲ ਹਰਪਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ। ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ 'ਤੇ ਜਾ ਕੇ ਬੈਲ ਆਈਕਨ ਦਬਾਓ ਅਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ 'ਤੇ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।